ਧੂਰੀ ਲੁਧਿਆਣਾ ਟੋਲ ਪਲਾਜ਼ਾ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਟੋਲ ਫ੍ਰੀ ਸੜਕ ਤੇ ਮੁਲਾਜ਼ਮਾਂ ਨੇ ਇੱਥੇ ਟੋਲ ਪਲਾਜ਼ਾ ਬਣਾ ਕੇ ਪਰਚੀ ਕੱਢਣੀ ਸ਼ੁਰੂ ਕਰ ਦਿੱਤੀ ਜਿਸ ਦੀ ਸੂਚਨਾ ਮਿਲਦੇ ਹੀ ਸਥਾਨਕ ਵਿਧਾਇਕ ਦਲਵੀਰ ਸਿੰਘ ਗੋਲਡੀ ਮੌਕੇ ਤੇ ਪਹੁੰਚ ਗਏ ਅਤੇ ਟੋਲ ਬੂਥ ਨੂੰ ਚੁਕਵਾ ਦਿੱਤਾ ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਟੋਲ ਪਲਾਜ਼ਾ ਦੇ ਬਿਲਕੁਲ ਨਾਲ ਲੱਗਦੀ ਸੜਕ ਤੇ ਵੀ ਪਰਚੀ ਕੱਟੀ ਜਾ ਰਹੀ ਸੀ ਜਿਸ ਦੇ ਵਿਰੁੱਧ ਵਿਧਾਇਕ ਗੋਲਡੀ ਨੇ ਕਿਹਾ ਹੈ ਕਿ ਇਹ ਸੜਕ ਉਹਨਾਂ ਵੱਲੋਂ ਆਪਣੇ ਖਰਚੇ ਤੇ ਬਣਾਈ ਗਈ ਹੈ ਅਤੇ ਇਹ ਲੋਕਾਂ ਦੀ ਸਹੂਲਤ ਲਈ ਹੈ ਉਹਨਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਤਹਿਤ ਕੰਪਨੀ ਸਿਰਫ ਮੇਨ ਹਾਈਵੇ ਤੇ ਹੀ ਟੋਲ ਪਲਾਜ਼ਾ ਬਣਾ ਸਕਦੀ ਹੈ ਸਾਡੇ ਇੱਧਰ ਇੱਕ ਲੱਡਾ ਬੇਂਦੜੇ ਦੇ ਲੋਕਾਂ ਦੇ ਜਾਣ ਲਈ ਇੱਕ ਸੜਕ ਬਣੀ ਹੋਈ ਸੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਅਸੀਂ ਉਹਦੀ ਦੇਖਭਾਲ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਅਤੇ ਟੋਲ ਪਲਾਜ਼ੇ ਵਾਲਿਆਂ ਨੇ ਉਹਦੇ ਅਗੇਂਸਟ ਮਾਨਯੋਗ ਕੋਰਟ ਦੇ ਵਿੱਚ ਇਹਨਾਂ ਨੇ ਆਪਣਾ ਅਪੀਲ ਦਾਇਰ ਕਰੀ ਸੀ ਅਤੇ ਮਾਨਯੋਗ ਕੋਰਟ ਨੇ ਇਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਵੀ ਤੁਸੀਂ ਆਪਦਾ ਜਿਹੜਾ ਟੋਲ ਆ ਉਹ ਅੱਗੇ ਪਿੱਛੇ ਕਰਕੇ ਲਾ ਸਕਦੇ ਹੋ ਪਰ ਮੈਂ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਜਿਹੜਾ ਇੱਥੋਂ ਫੈਸਲਾ ਹੋਇਆ ਉਹਨੂੰ ਚੈਲੇਂਜ ਕਰ ਰਹੇ ਹਾਂ ਬਟ ਉੱਥੇ ਨੋ ਵਰਕ ਹੋਣ ਕਰਕੇ ਕੱਲ੍ਹ ਅਤੇ ਅੱਜ ਉੱਥੇ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੇ ਅਸੀਂ ਅਤੇ ਮੈਂ ਸਿਰਫ ਇਹਨਾਂ ਨੂੰ ਇਹ ਬੇਨਤੀ ਕਰ ਰਿਹਾ ਵੀ ਇਹ ਸਟੇਟ ਹਾਈਵੇ ਆ ਸਟੇਟ ਹਾਈਵੇ 'ਤੇ ਆਪਦਾ ਟੋਲ ਲਾਉਣ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪਰ ਜਿਹੜਾ ਆਹ ਇੱਕ ਰਸਤਾ ਬਣਿਆ ਹੋਇਆ ਲੋਕਾਂ ਦੇ ਖੇਤਾਂ ਨੂੰ ਜਾਣ ਦਾ ਇਹਦੇ 'ਤੇ ਟੋਲ ਨਾ ਲੈਣ ਆਹ ਸਾਹਮਣੇ ਸੜਕ ਆ ਇਹਦੇ 'ਤੇ ਟੋਲ ਲੈਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆਹ ਸੜਕ ਤੋਂ ਦੀ ਟੋਲ ਨਾ ਲੈਣ ਐਮ ਐਲ ਏ ਸਾਹਿਬ ਇੱਕ ਮਤਲਬ ਕਿ ਦੇਖਣ ਵਾਲੀ ਗੱਲ ਇਹ ਵੀ ਆ ਜਿਹੜੀ ਇਹ ਹੈ ਜਿਹੜੀ ਰੋਡ ਹੈ ਇਹ ਨਹਿਰੀ ਵਿਭਾਗ ਦੀ ਹੈ ਠੀਕ ਹੈ ਨਾ ਇੱਥੇ ਟੋਲ ਲੱਗ ਨਹੀਂ ਸਕਦਾ ਜਿਹੜੇ ਪਿੰਡਾਂ ਵੱਲੋਂ ਜਿਹੜੇ ਲੋਕ ਨੇ ਕੇਸ ਤੋਂ ਚੱਕੇ ਤੱਕ ਜਾਂਦੇ ਨੇ ਮੈਂ ਇਹਨਾਂ ਨੂੰ ਉਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਹਾਡਾ ਜਿਹੜਾ ਜੂਰੀਡਿਕਸ਼ਨ ਆ ਉਹ ਇਸ ਰੋਡ ਦੀ ਆ ਇਸ ਰੋਡ ਦੀ ਨਹੀਂ ਹੈਗੀ ਅਤੇ ਇੱਦੋਂ ਇੱਥੇ ਟੋਲ ਪਲਾਜ਼ਾ ਨਾ ਲਾਓ ਇੱਦੋਂ 5 ਕਿਲੋਮੀਟਰ ਅੱਗੇ ਲਾ ਲਓ 5 ਕਿਲੋਮੀਟਰ ਪਿੱਛੇ ਲਾ ਲਓ 2 ਕਿਲੋਮੀਟਰ ਅੱਗੇ ਮੈਂ ਉਹਦੇ 'ਚ ਮਾਨਯੋਗ ਕੋਰਟ ਦੇ ਫੈਸਲੇ 'ਚ ਨਹੀਂ ਬੋਲਣਾ ਚਾਹੁੰਦਾ ਮੇਰੀ ਸਿਰਫ ਇੱਕੋ ਇੱਕ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਇਹ ਸੜਕ ਨੂੰ ਬੜੀ ਮਿਹਨਤ ਨਾਲ ਮੈਂ ਬਣਾਇਆ ਹੋਇਆ ਅਤੇ ਤਕਰੀਬਨ ਘੱਟੋ ਘੱਟ ਇਹਦੇ 'ਤੇ ਮਿਹਨਤ ਕਰਦਿਆਂ ਨੂੰ ਸਾਨੂੰ 7-8 ਸਾਲ ਹੋ ਗਏ ਇੱਥੋਂ ਦੀ ਸਿਰਫ ਸਾਈਕਲ ਲੰਘ ਸਕਦਾ ਹੁੰਦਾ ਸੀ ਭਰਤ ਪਾ ਪਾ ਕੇ ਅਸੀਂ ਪਿੰਡਾਂ ਲੈਣੇ ਜਦੋਂ ਮੈਂ MLA ਬਣਿਆ ਵੀ ਨਹੀਂ ਸੀ ਉਦੋਂ ਦੀ ਇਹ ਸੜਕ ਬਣਾਈ ਹੋਈ ਆ ਅਤੇ ਇਹ ਲੋਕਾਂ ਦੇ ਲੰਘਣ ਲਈ ਫੈਸਿਲਿਟੀ ਦਿੱਤੀ ਆ ਪਿੰਡਾਂ ਦੇ ਲੋਕਾਂ ਲਈ ਤਾਂ ਮੇਰੀ ਟੋਲ ਵਾਲਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਸਟੇਟ ਹਾਈਵੇ 'ਤੇ ਜਿੱਥੇ ਮਰਜ਼ੀ ਟੋਲ ਲਾ ਲਓ ਮੈਨੂੰ ਉਹਦੇ 'ਚ ਮੈਂ ਤੁਹਾਡੇ ਕਿਸੇ ਕੰਮ 'ਚ ਪਰ ਜਿਹੜੀ ਆਹ ਸੜਕ ਇੱਧਰੋਂ ਲੰਘਦੀ ਆ ਤੁਸੀਂ ਇਹਦੇ ਜੜਾਂ 'ਚ ਹੀ ਟੋਲ ਲਾ ਕੇ ਬੈਠ ਗਏ ਇਹ ਬਿਲਕੁਲ ਇਲੀਗਲ ਕਰ ਰਹੇ ਨੇ ਮੇਰੇ ਹਿਸਾਬ ਨਾਲ ਇਹ ਅਤੇ ਮੈਂ ਜਿੰਨਾ ਟਾਈਮ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਜਿਹੜਾ ਇਹਦੇ ਤੋਂ ਦੀ ਲੰਘੂਗਾ ਉਹ ਟੋਲ ਨਹੀਂ ਦਊਗਾ ਇਹ ਬਿਲਕੁਲ ਹੋਣਾ ਵੀ ਚਾਹੀਦਾ ਅਤੇ ਮੈਂ ਆਪਦੀ ਉਸ ਗੱਲ 'ਤੇ ਖੜਾਂ ਉਧਰ ਟੋਲ ਪਲਾਜ਼ਾ ਅਧਿਕਾਰੀਆਂ ਨੇ ਇਸ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਅਧੀਨ ਲਗਾਏ ਜਾਣ ਦੀ ਗੱਲ ਆਖੀ ਹੈ ਪਰ ਇਹ ਮਾਨਯੋਗ ਜ਼ਿਲ੍ਹਾ ਕੈਸ਼ਨ ਜੱਜ ਸਾਹਿਬ ਦੀ ਅਦਾਲਤ ਦੇ ਹੁਕਮ ਹੋਏ ਨੇ ਅਤੇ ਟੋਲ ਲਾਉਣ ਦੇ ਅਤੇ ਤਾਂ ਜੋ ਜਿਹੜੇ ਲੋਕ ਟੋਲ ਨੂੰ ਬੂਥ ਨੂੰ ਜਿਹੜਾ ਹੈਗਾ ਟੋਲ ਪਲਾਜ਼ਾ ਨੂੰ ਬਾਈਪਾਸ ਕਰਕੇ ਨਿਕਲਦੇ ਨੇ ਉਹਨੂੰ ਰੋਕਿਆ ਜਾ ਸਕਦਾ ਇਹਦੀ ਪਾਲਣਾ ਕਰਦੇ ਹੋਏ ਇੱਥੇ ਟੋਲ ਲਿੱਤਾ ਜਾ ਰਿਹਾ ਹੁਣ ਸਰੀ ਅਦਾਲਤ ਅਨੁਸਾਰ ਲੈ ਜਾਵੇਗਾ ਜ਼ਿਕਰਯੋਗ ਹੈ ਕਿ ਇਹ ਮਾਮਲਾ ਹਾਲੇ ਵੀ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਸਾਂਝ ਟੀਵੀ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ ਪੋਲੀਟੀਕਲ ਇਸ਼ੂ ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ